चाइना दा वायरस जिथे पहला ही इंसानी जाना ले रहा सी ते हुण देश चो नवे आए चाइना दे वायरस ने फसलां बर्बाद कर दित्तियां। चाइना वायरस नामक इस घातक बीमारी ने किसानां दा लखां दा नुकसान तां कीता ही है। उत्थे ही किसानां नूं खेतां च खड़ी अपनी झोने दी फसल उपर ट्रैक्टर चलाउणा पिया। समराला दे पिंड टोटरपुर विखे दो किसानां ने अपनी करीब 15 एकड़ फसल वाह दित्ती। किसानां नूं 45 तों 50 हज़ार रुपए प्रति एकड़ दा नुकसान होया। तुहानूं दस दईए कि किसानां ने दस्सिया है कि कई वार पंजाब खेतीबाड़ी यूनिवर्सिटी वालों झोने का बीज पीयर 131 तैयार किया गया सी, जिस उपर ज्यादा मार पई है। बाकी दियां किस्मां भी प्रभावित हुई हैं। इसका कारण यह भी है कि खेतीबाड़ी माहिरां वालों किसानां नूं जागरूक नहीं किया जाता। किसान दुकानदारां दे कहे अनुसार स्प्रे करते रहते हैं। किसानां ने कहा कि उन्होंने ठेके उपर जमीन ली हुई है, लखां दा नुकसान होया है। अजे हालातां विच उन्हां कोल केवल खुदकुशी का ही रस्ता बचता है। भारतीय किसान यूनियन सिद्धूपुर के आगुआ ने गुरदीप सिंह चाहल ने प्रभावित इलाके का दौरा करके पंजाब सरकार कोलों 100% मुआवजा देण दी मांग की है। अंबेडकर मिशन न्यूज चैनल दे नाल समराला तो लखविंदर सिंह कत्री दी खास रिपोर्ट। की नाम वीर? मनजोत सिंह जी। मनजोत केड़ा पिंड? टोडरपुर जी। की कारण है जिहड़ा तुसीं अज खड़ी फसल नूं बाउण लगे? कारण जी इह हुण तुहाडे सामणे ही आ, कोई बूटा छोटा कोई बूटा वड्डा है जी, इह कामयाब तां होणी नहीं हैगी, इस करके बाहर हैगे इहनूं। की केड़ा केड़ा सीगा बीज? 131 ਬੀਜ ਹੈ ਜੀ। ਇਹ ਨਵਾਂ ਵੀ ਹੈ? ਹਾਂਜੀ, ਪੰਜਾਬ ਯੂਨੀਵਰਸਿਟੀ ਤੋਂ ਲਿਆ ਹੋਇਆ ਜੀ। ਇਹ ਕਿੱਥੋਂ ਲਿਆ ਸੀਗਾ? ਇਹ ਸਮਰਾਲੇ ਤੋਂ ਲਿਆ ਸੀਗਾ ਜੀ। ਸਮਰਾਲੇ ਕਿੱਥੋਂ? ਸਮਰਾਲੇ ਪੰਜਾਬ ਯੂਨੀਵਰਸਿਟੀ ਮਹਿਕਮੇ ਤੋਂ ਜੀ। ਮਹਿਕਮੇ ਤੋਂ ਲਿਆ? ਹਾਂਜੀ। ਉਹਨਾਂ ਨੂੰ ਤੁਹਾਨੂੰ ਬੀਜ ਦਿੱਤਾ ਸੀਗਾ ਜਦੋਂ, ਉਹਨਾਂ ਨੇ ਤੁਹਾਨੂੰ ਕੋਈ ਇਹਦੇ ਬਾਰੇ ਜਾਣਕਾਰੀ ਨਹੀਂ ਦਿੱਤੀ? ਜਾਣਕਾਰੀ ਤਾਂ ਜੀ ਪਹਿਲਾਂ ਬੋਰਡ ਲੱਗਿਆ ਹੋਇਆ ਸੀਗਾ ਵੀ ਇਹ ਬੀਜ ਵਧੀਆ ਆਇਆ, ਸੋਧ ਕੇ ਕੱਢਿਆ, ਇਹਨੂੰ ਸੀਜ ਪਲੈਟ ਨਹੀਂ ਪੈਂਦੀ, ਤਾਂ ਕਰਕੇ ਅਸੀਂ ਇਹ 10-12 ਏਕੜ ਲਾ ਗਏ, ਪਰ ਹੁਣ ਸਾਨੂੰ ਵਾਹੁਣਾ ਪੈ ਰਿਹਾ ਜੀ ਇਹ। ਇਹ ਜ਼ਮੀਨ ਤੁਹਾਡੀ ਆਪਣੀ ਹੈ ਕਿ ਠੇਕੇ? ਨਹੀਂ ਜੀ, ਇਹ ਠੇਕੇ ਦੇ ਲਈ ਹੈ, 52,000 ਨੂੰ ਠੇਕੇ ਦੇ ਲਈ ਹੋਈ ਹੈ ਜੀ। ਕਿੰਨਾ ਖਰਚਾ ਆ ਚੁੱਕਿਆ ਜੀ? ਖਰਚਾ ਤਾਂ ਜੀ ਇਹਦੇ ਸਾਰੀਆਂ ਸਪਰੇਹਾਂ ਹੋ ਗਈਆਂ, ਰਿਓ ਪੈ ਗਿਆ ਜੀ, ਧਾਨਾਂ ਦੀ ਲਵਾਈ ਦਿੱਤੀ ਬੰਨਾਂ ਨੂੰ, ਸਾਰੇ ਡੀਜ਼ਲ ਵੀ ਫੂਕਿਆ ਮਾੜਾ ਮੋਟਾ, ਸਾਰਾ ਉਹ ਹੋਇਆ। ਖਰਚਾ ਤਾਂ ਹੁਣ ਤੁਹਾਡੇ ਸਾਹਮਣੇ ਹੀ ਹੈ ਜੀ। ਹਾਂਜੀ, ਇਹ 10 ਦਿਨ ਤੱਕ ਵੱਢਣ ਵਾਲੀ ਸੀਗੀ, ਹੁਣ ਸਾਨੂੰ ਵਾਹੁਣੀ ਪੈ ਰਹੀ ਹੈ ਜੀ। ਮੇਰਾ ਨਾਮ ਸਿਕੰਦਰ ਸਿੰਘ ਜੀ, ਪਿੰਡ ਟੋਡਰਪੁਰ ਜੀ। ਇਹ ਜਿਹੜੇ ਕਿਸਾਨ ਵੱਲੋਂ ਜ਼ਮੀਨ ਵਾਹੀ ਜਾ ਰਹੀ ਹੈ, ਫਸਲ ਵਾਹੀ ਜਾ ਰਹੀ ਹੈ ਆਪਣੀ, ਪੱਕਣ ਕੀ ਕਾਰਨ ਹੈ? ਇਹ ਵਾਇਰਸ ਆ ਜੀ, ਅਸੀਂ ਖੇਤੀਬਾੜੀ ਵਾਲਿਆਂ ਨੂੰ ਕਿਹਾ ਵੀ ਸੀ, ਫੋਨ ਕਰਿਆ ਸੀ, ਉਹ ਉਹਨਾਂ ਨੇ ਮੈਨੂੰ ਪੁੱਛਿਆ ਵੀ ਕਿਹੜਾ ਬੀਜ ਆ, ਮੈਂ ਕਿਹਾ ਵੀ 131 ਬੀਜ ਆ, ਤੇ ਕਹਿੰਦੇ ਲੁਧਿਆਣੇ ਤੋਂ ਟੀਮ ਭੇਜਾਂਗੇ, ਕੋਈ ਆਇਆ ਹੈ ਨਹੀਂ, ਕਿਉਂਕਿ ਇਹਨਾਂ ਨੇ ਮੈਨੂੰ ਫੋਨ ਕਰਿਆ ਸੀ ਵੀ ਮਾੜਾ ਦੱਸ ਦੀ, ਚਲੋ ਮੈਂ ਗਾਹਾਂ ਦੱਸੀ ਗੱਲ, ਮਤਲਬ ਮਹਿਕਮੇ ਵਾਲਿਆਂ ਨੂੰ ਵੀ ਚਾਹੀਦਾ ਵੀ ਆ ਕੇ ਮਾੜੇ ਮੋਟੇ ਲੋਕਾਂ ਨੂੰ ਕੈਂਪ ਲਾਉਣ, ਵੀ ਕੋਈ ਕੈਂਪ ਲਾਉਣ ਤਾਂ ਪਤਾ ਲੱਗੂ ਵੀ ਇਹ ਬਿਮਾਰੀ ਕਿਹੜੀ ਆ, ਵੀ ਗਾਹਾਂ ਵਾਲੇ ਕੋਈ ਜ਼ਿਮੀਂਦਾਰ ਹੋਰ ਤਾਂ ਬਚਣਗੇ, ਚਲੋ ਜੇ ਇਹ ਬਿਮਾਰੀ ਆ ਗਈ ਆ ਕੇ ਇੱਥੇ ਦੱਸਣਗੇ ਤਾਂ ਅਸੀਂ ਉਹ ਹਿਸਾਬ ਨਾਲ ਸਪਰੇਅ ਕਰਾਂਗੇ, ਅਸੀਂ ਦਵਾਈਆਂ ਵਾਲਿਆਂ ਨੂੰ ਜਿਹੜੇ ਸਾਨੂੰ ਸਪਰੇਅ ਦਿੰਦੇ ਨੇ ਉਹ ਚੱਕ ਕੇ ਕਰ ਦਈਦੀ ਹੈ ਜੀ। ਕਿੰਨਾ ਕੁ ਨੁਕਸਾਨ ਹੋ ਚੁੱਕਿਆ ਤੁਹਾਡੇ ਹਿਸਾਬ ਨਾਲ? ਇਹ ਤਕਰੀਬਨ 100% ਹੈ ਜੀ, ਕਿੱਲੇ ਦਾ 100% ਨੁਕਸਾਨ ਹੈ ਜੀ। ਹੁਣ ਕੀ ਕਹਿੰਦਾ, ਕਿਤੇ ਕਿਤੇ ਕੋਈ ਡੱਕਾ ਖੜਾ, ਸਾਰੇ ਖਤਮ ਹੈ, ਤੁਹਾਡੇ ਸਾਹਮਣੇ ਹੀ ਹੈ ਦੇਖੋ ਜੀ। ਜ਼ਿਮੀਂਦਾਰ ਖਰਚਾ ਫੁੱਲ ਕਰੀ ਫਿਰਦੇ ਨੇ? ਸਾਰਾ ਸਿਰੇ ਤੱਕ ਖਰਚਾ ਕਰਿਆ ਹੋਇਆ। ਹੁਣ ਤੱਕ ਕਿੰਨਾ ਖਰਚਾ ਹੋ ਚੁੱਕਿਆ? ਤਕਰੀਬਨ ਘੱਟੋ ਘੱਟ 40 ਤੋਂ 45 ਹਜ਼ਾਰ ਰੁਪਈਆ ਕਿੱਲੇ 'ਤੇ, ਵਿੱਚ ਠੇਕਾ ਗਿਣ ਕੇ। ਠੇਕੇ ਨਾਲ ਕਹਿੰਦੇ 52,000 ਰੁਪਏ? ਹਾਂ, 52,000 ਦਾ ਜੇ ਅੱਧ ਦੇਣਾ, ਅੱਧ ਆਪਾਂ ਦਿੰਦੇ ਹਾਂ ਉਹਦੇ ਟਾਈਮ ਆਪਣੇ ਕਣਕ ਵੱਢੇ 'ਤੇ ਜੀ, 26 ਹੁਣ ਅਤੇ 20,000 ਰੁਪਈਆ ਉੱਪਰ ਖਰਚਾ ਪੈ ਗਿਆ, 46,000 ਰੁਪਈਆ ਖਰਚਾ ਆ ਗਿਆ ਹੁਣ। ਅਸੀਂ ਇਹੀ ਕਹਿਣਾ ਚਾਹੁੰਦੇ ਹਾਂ, ਦੇਖੋ ਜੀ ਜ਼ਿਮੀਂਦਾਰ ਨੂੰ ਬਹੁਤ ਨੁਕਸਾਨ ਹੋ ਗਿਆ ਇਹਦਾ, ਅਤੇ ਹੁਣ ਆਪਣਾ ਸਰੇਂਦਰ ਫਸਲ ਗਈ ਹੋਈ ਸੀ, ਮਸ਼ੀਨ ਵਾੜਨ ਦਾ ਸੀਗਾ 400, ਹੁਣ ਅਸੀਂ ਬਾਹਰ ਰਹੇ ਹਾਂ ਜੀ ਖੇਤਾਂ ਨੂੰ, ਠੇਕਾ ਗਲ ਪੈਂਦਾ, ਠੇਕਾ ਗਲ ਪੈਂਦਾ ਜੀ, ਸਾਰਾ ਪਾਣੀ ਵੀ ਹੁਣ ਤੋਂ ਸਿਰੇ ਤੋਂ ਲੱਗ ਚੁੱਕਿਆ ਜੀ, ਝੋਨਾ ਸਾਡਾ ਖਰਾਬ ਹੋ ਗਿਆ ਜੀ। ਸਰਕਾਰ ਨੂੰ ਕੀ ਕਹਿਣਾ ਚਾਹੁੰਦੇ? ਸਰਕਾਰ ਨੂੰ ਕਹਿੰਦੇ ਵੱਧ ਤੋਂ ਵੱਧ ਮਦਦ ਕਰਨ, ਸਾਡੀ ਜ਼ਿੰਮੇਵਾਰੀ ਸੀ, ਮੁਆਵਜ਼ਾ ਦੇਣ ਸਾਨੂੰ, ਬਾਕੀ ਪਿੰਡਾਂ ਜਾ ਕੇ ਕੈਂਪ ਲਾਉਣ ਜੀ, ਖੇਤੀ ਕੈਂਪ ਲਾਉਣ, ਸਾਡਾ ਸਾਡੀ ਸਹਾਰਤਾ ਲੈ ਪਏ ਸਾਰ, ਸਾਡੀ ਕੋਈ ਨਹੀਂ ਲੈਂਦੇ, ਦਵਾਈਆਂ ਵਾਲੇ ਚੱਕ ਚੱਕ ਦਵਾਈਆਂ ਦੇਈ ਜਾਂਦੇ, ਅਸੀਂ ਸਪਰੇਆਂ ਮਾਰੀ ਜਾਂਦੇ ਸੀਗੇ ਪਹਿਲਾਂ, ਜਿਹੜੇ ਆਪ ਕਿਸਾਨਾਂ ਵੱਲੋਂ ਆਤਮ ਕੀਤੇ ਇਸੇ ਵਜ੍ਹਾ ਤੇ ਹੁੰਦੀ ਹੈ, ਹੁਣ ਇਹਨੂੰ ਦੇਖ ਕੇ ਜ਼ਿਮੀਂਦਾਰ ਦਾ ਕਿਵੇਂ ਜਾ ਕੇ ਨੀਂਦ ਆਉਂਦੀ ਹੋਊਗੀ ਜੀ, ਇਹੀ ਚਾਂਸ ਆ ਜੀ ਤੇ ਬੰਦਾ ਗੰਗਲ ਫਰਾਹੇ ਲੈਂਦਾ, ਜਾਪਤੀਆਂ ਤੇ ਜ਼ਮੀਨਾਂ ਨੇ ਸਾਡੇ ਕੋਲ ਕਿਹੜਾ ਕੋਈ ਜ਼ਿਆਦਾ, ਆੜਤੀਆਂ ਤੋਂ ਪੈਸੇ ਫੜੇ ਹੁੰਦੇ ਨੇ ਜੀ। ਕੀ ਨਾਮ ਵੀਰੇ? ਮੇਰਾ ਗੁਰਦੀਪ ਸਿੰਘ ਜੀ। ਤੁਸੀਂ ਕਿਹੜੀ? ਅਸੀਂ ਭਾਰਤੀ ਕਿਸਾਨ ਜੀ, ਇੱਕ ਤਾਂ ਸਿੱਧੂਪੁਰ ਤੋਂ ਸਰਦਾਰ ਜਗਜੀਤ ਸਿੰਘ ਜੀ ਦਲਿਆਲਾ, ਉਹਨਾਂ ਵੱਲੋਂ ਜੀ। ਅੱਛਾ, ਜਿਹੜਾ ਅੱਜ ਤੁਸੀਂ ਕਿਸਾਨ ਦੀ ਫਸਲ ਜਿਹੜੀ ਵਾਹੀ ਆ ਰਹੀ ਹੈ ਟੋਡਰ ਉੱਪਰ ਪਹੁੰਚੀ ਹੋ, ਕੀ ਕਹਿਣਾ ਚਾਹੁੰਦੇ ਹੋ? ਇਹ ਦੇਖੋ ਜੀ, ਸਰਕਾਰਾਂ ਦੇ ਲਾਰਿਆਂ ਦੇ ਨਾਲ ਹੀ ਕਿਸਾਨ ਦੀ ਆਤਮ ਹੱਤਿਆ ਕਰ ਰਿਹਾ ਹੈ। ਜੇ ਕਿਸਾਨ ਦੀ ਸਰਕਾਰ ਬਾਂਹ ਫੜੇ
ਤਾਂ ਕਿਸਾਨ ਆਤਮ ਹੱਤਿਆ ਕਰਨ ਤੋਂ ਬਚ ਸਕਦਾ। ਪਹਿਲਾਂ ਦੇਖੋ ਸਰਕਾਰ ਨੇ ਇੱਕ ਲਾਰੇ ਲਾਏ ਸੀ, ਕਹਿ ਲਓ ਵੀ ਉਹ ਲਾਰੀ ਕਹਿ ਸਕਦੇ ਹਾਂ, ਕਿਉਂ ਕਣਕ ਦੇ ਵਿੱਚ ਬਹੁਤ ਘਾਟਾ ਪਿਆ। ਇੱਦਾਂ ਦਾ ਦੇ ਆਪਣੇ ਹੈਗੇ ਨੇ, ਇੱਕ ਖੇੜਾ ਬਲਾਕ ਆਉਂਦਾ ਫਤਿਹਗੜ੍ਹ ਸਾਹਿਬ ਦੇ ਵਿੱਚ, ਉੱਥੇ ਇੱਦਾਂ ਦੇ ਪਿੰਡ ਵੀ ਨੇ ਵੀ ਇੱਕ ਕੁਇੰਟਲ ਤੱਕ 20 ਕਿੱਲੇ 'ਚ ਕਣਕ ਨਿਕਲੀ ਹੈ। ਬਹੁਤ ਹੀ ਜ਼ਿਆਦਾ ਵਧੀਆ ਕਹੋ ਤਾਂ 10 ਕੁਇੰਟਲ। ਕਹਿਣ ਦਾ ਮਤਲਬ ਕੀ ਆ ਵੀ 15 ਕੁਇੰਟਲ ਤੋਂ ਥੱਲੇ ਥੱਲੇ ਕਣਕ ਦਾ ਨਾਲ ਦਾ ਸਿਰਫ ਕਿਸਾਨ ਦਾ ਖਰਚਾ ਪੂਰਾ ਹੁੰਦਾ। ਉੱਥੇ ਪਹਿਲਾਂ ਉਹ ਮਰੇ, ਉਸ ਤੋਂ ਬਾਅਦ ਲੰਪੀ ਸਕਿਨ ਬਿਮਾਰੀ ਆ ਗਈ। ਉਹ ਬਿਮਾਰੀ ਨੇ ਆ ਕੇ ਕਿਸਾਨਾਂ ਜਿਹੜੇ ਪੁੱਤਾਂ ਵਾਂਗੂ ਪਾਲੇ ਹੋਏ ਪਸ਼ੂ ਸੀਗੇ, ਪਸ਼ੂ ਧਨ ਹੈ, ਉਹ ਬਰਬਾਦ ਹੋ ਗਿਆ। ਉਹ ਕਿਸੇ ਨੇ ਬਾਂਹ ਨਹੀਂ ਪਜਾ ਕੇ ਫੜੀ ਕਿਸਾਨ ਦੀ। ਉਸ ਤੋਂ ਬਾਅਦ ਹੁਣ ਆਪਣਾ ਇਹ ਝੋਨਾ ਆ ਗਿਆ, ਝੋਨੇ ਦੇ ਵਿੱਚ ਜਦੋਂ ਹੁਣ ਕੱਲ੍ਹ ਆਪਾਂ ਬਿਆਨ ਆਪਣੇ ਆ ਰਹੇ ਸੀਗੇ ਮਾਣਯੋਗ ਆਪਣੇ ਜਿਹੜੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਉਹ ਕਹਿ ਰਹੇ ਸੀਗੇ ਜੀ ਵੀ ਅਸੀਂ 10,000 ਅਫਸਰ ਅੱਗ ਜਿਹੜੇ ਲਾਉਣਗੇ ਕਿਸਾਨ, ਉਹਨਾਂ ਨੂੰ ਰੋਕਣ ਲਈ ਅਸੀਂ ਲਾਤਾ। ਉਹ ਉੱਥੇ 10,000 ਕਿਸਾਨ ਉਹ ਲਾ ਸਕਦੇ ਨੇ ਜਦੋਂ ਅੱਗ ਲੱਗਣੀ ਹੈ ਨਾ ਵੀ ਰੋਕਣ ਵਾਸਤੇ। ਇਹਦੇ ਵਾਸਤੇ ਇਹਨਾਂ ਤੋਂ 10 ਬੰਦੇ ਵੀ ਨਹੀਂ ਕੱਢ ਹੋਏ ਹੈਗੇ, ਜਿਹੜੇ ਕਿਸਾਨ ਹੁਣ ਹਾਹਾਕਾਰ ਮੱਚੀ ਹੋਈ ਹੈ ਇਹ ਵੀ ਇੰਨੀ ਬਿਮਾਰੀ ਆਈ ਹੋਈ ਹੈ ਵੀ ਚਾਈਨਾ ਜਿਹਾ ਵਾਇਰਸ ਆਇਆ ਇਹਦੇ ਨਾਲ ਆਉਣ ਦੇ ਨਾਲ ਹੁਣ ਕਿਸਾਨ ਦਾ ਫਸਲ ਬਰਬਾਦ ਹੋਈ ਹੈ। ਜਿਹੜਾ ਵੀਰਾ ਜੀ ਬਾਹਰ ਰਿਹਾ ਹੈ 52,000 ਨੂੰ ਇਹਨੇ ਕਿੱਲਾ ਏਕੜ ਦਿੱਤਾ ਹੋਇਆ ਆਪਣੇ ਜਾਪਤੀ 'ਤੇ, 20,000 ਪਲੱਸ ਇਹ 'ਤੇ ਖਰਚ ਆਇਆ ਹੋਇਆ, 50,000 ਦੇ 'ਚ ਕਿਸਾਨ ਠੋਕ ਗਿਆ। ਫਿਰ ਹੁਣ ਕਿਸਾਨ ਜਿਹਨੂੰ 50,000 ਦੇ ਪ੍ਰਤੀ ਏਕੜ ਦਾ ਘਾਟਾ ਪੈ ਰਿਹਾ, ਉਹ ਆਤਮ ਹੱਤਿਆ ਕਰੂਗਾ ਕਿ ਨਹੀਂ ਕਰੂਗਾ? ਇਸ ਲਈ ਇਹਨਾਂ ਨੂੰ ਸਰਕਾਰ ਨੂੰ ਇਹੀ ਅਪੀਲ ਕਰਦੇ ਹਾਂ, ਬੇਨਤੀ ਕਰਦੇ ਹਾਂ ਵੀ ਕਿਸਾਨਾਂ ਦੀ ਬਾਂਹ ਫੜੋ, ਕਿਸਾਨਾਂ ਨੂੰ ਮਾਰੋ ਨਾ। ਜਦੋਂ ਤੱਕ ਧੂੰਏ ਦੀ ਅੱਗ ਦਿੱਲੀ ਪਹੁੰਚਣੀ ਦਿਖਦੀ ਹੈ, ਕਿਉਂਕਿ ਪਹਿਲੀ ਗੱਲ ਤਾਂ ਇਹ ਦੇਖੋ ਦਿੱਲੀ ਤੱਕ ਨਹੀਂ ਜਾਂਦਾ ਹੁੰਦਾ ਧੂੰਆਂ, ਜਿਹੜੀ ਇਸ ਟਾਈਮ ਹਵਾ ਚੱਲਣੀ ਉਹ ਪਾਕਿਸਤਾਨ ਵਾਲੀ ਸਾਈਡ ਚੱਲਣੀ ਹੈ। ਦਿੱਲੀ ਕਿੱਥੇ ਚਲੇ ਗਿਆ? ਗੱਬੇ ਹਰਿਆਣਾ ਵੀ ਪਿਆ, ਹਰਿਆਣੇ ਦਾ ਧੂੰਆਂ ਤਾਂ ਦਿੱਲੀ ਜਾਂਦਾ ਨਹੀਂ, ਪੰਜਾਬ ਦਾ ਧੂੰਆਂ ਕ੍ਰੋਸ ਕਰਕੇ ਹਰਿਆਣੇ ਦਿੱਲੀ ਪਹੁੰਚ ਜਾਂਦਾ, ਠੀਕ ਨਹੀਂ? ਉਹ ਦੇਖਣ ਲੱਗ ਜਾਂਦਾ। ਫਿਰ ਹੁਣ ਕਹਿੰਦੇ ਆਪਣੇ ਮੁੱਖ ਮੰਤਰੀ ਸਾਹਿਬ ਨੇ ਕੱਲ੍ਹ ਬਿਆਨ ਆ ਰਹੇ ਜੀ ਅਸੀਂ 10,000 ਉਦੋਂ ਆਪਣੇ ਬਣੀ 1,00,000 ਸੁਪਰ ਸੀਡਰ ਜਾਂ ਵਗੈਰਾ ਅਸੀਂ ਦੇ ਰਹੇ ਹਾਂ ਮਸ਼ੀਨਰੀ, ਤੁਸੀਂ ਦੇ ਰਹੇ ਹੋ ਉਹ ਤੇਲ ਨੂੰ ਪਾ ਕੇ ਵੀ ਕਿਸਾਨ ਨੇ ਚਲਾਉਣਾ ਹੈ। ਤੁਸੀਂ ਇਹ ਗੱਲ ਇਹ ਕਰੋ ਵੀ ਤੁਸੀਂ ਕਿਸਾਨ ਨੂੰ ਨਾਲ ਮੁਆਵਜ਼ਾ ਕੀ ਦਿੰਦੇ ਹੋ? ਪਿੱਛੇ ਇਹਨਾਂ ਕਹਿ ਰਹੇ ਬਿਆਨ ਇਹਨਾਂ ਦੀ ਨੇ, ਕਿਉਂ ਸਾਡੇ ਪ੍ਰਧਾਨ ਜੀ ਵੱਲੋਂ ਕੀਤੀ ਗਈ ਸੀ ਵੀ 6,000 ਰੁਪਇਆ ਪ੍ਰਤੀ ਏਕੜ ਕਿਸਾਨ ਨੂੰ ਮੁਆਵਜ਼ਾ ਦਿੱਤਾ ਜਾਵੇ, ਕਿਸਾਨ ਅੱਗ ਨਹੀਂ ਲਾਊਗਾ, ਆਪੇ ਵਿੱਚ ਬਾਹਣਗੇ ਆਪੇ ਹੀਲਾ ਕਰਨਗੇ। ਹੁਣ ਫਿਰ ਇਹਨਾਂ ਨੇ ਕਹਾਇਆ ਸੀ ਬਿਆਨ ਜੀ ਅਸੀਂ ਕਹਿੰਦੇ ਸੈਂਟਰ ਸਰਕਾਰ ਦੇ ਨਾਲ ਪੈਸੇ ਕਰਦੇ ਵੀ 1,500 ਸੈਂਟਰ ਪਾਊਗਾ ਜੀ, 500 ਅਸੀਂ, 500 ਦਿੱਲੀ, ਵੀ ਅਸੀਂ 2,500 ਦੇਵਾਂਗੇ। ਕਹਿੰਦੇ ਹੁਣ ਕਹਿੰਦੇ ਜੀ ਸੈਂਟਰ ਮੁੱਕਰ ਗਿਆ, ਸੈਂਟਰ ਮੁੱਕਰ ਗਿਆ, ਤੁਸੀਂ ਤਾਂ ਦਿੱਲੀ ਵਾਲੇ ਦਾ ਬੈਠੇ ਹੋ, ਤੁਸੀਂ 1,000 ਦੇ ਦਿਉ, ਉਹ ਨਹੀਂ ਦੇਣਾ ਹੈਗਾ, ਠੀਕ ਹੈ? ਹੁਣ ਇੱਕ ਇਹੀ ਅਪੀਲ ਕਰਦੇ ਹਾਂ ਸਰਕਾਰ ਨੂੰ ਵੀ ਇਹਨਾਂ ਦੇ ਆ ਕੇ ਬਾਂਹ ਫੜੋ, ਜਿਹੜੇ ਆਹ ਕਿਸਾਨ ਮਰ ਰਹੇ ਨੇ ਇੱਥੇ, ਤੁਹਾਡੀ ਗਰਾਊਂਡ ਲੈਵਲ 'ਤੇ ਤਾਂ ਤੁਸੀਂ ਆਉਂਦੇ ਨਹੀਂ।